ਸ਼ੁਭਕਰਨ ਸਿੰਘ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਸਬਰ ਦਾ ਬੰਨ ਆਖਿਰਕਾਰ ਟੁੱਟ ਗਿਆ। ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਆ, ਤਰੀਕ ਮਿੱਥ ਲਈ ਹੈ ਔਰ ਅਲਟੀਮੇਟਮ ਦੇ ਦਿੱਤਾ। ਇਸ ਦੇ ਵਿੱਚ ਕੇਂਦਰ ਸਰਕਾਰ ਹੀ ਨਹੀਂ ਸਗੋਂ ਸੂਬਾ ਸਰਕਾਰ ਵੀ ਸ਼ਾਮਿਲ ਹੈ। ਕਿਸਾਨਾਂ ਦੇ ਵੱਲੋਂ ਸਮੂਹਕ ਜਥੇਬੰਦੀਆਂ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ 29 ਤਰੀਕ ਨੂੰ ਕਿਸਾਨਾਂ ਨੇ ਜੋ ਕਰਨਾ ਆ ਉਸ ਦਾ ਨਿਰਣਾ ਤਾਂ ਕਿਸਾਨ ਕਰ ਲੈਣਗੇ, ਪਰ ਉਸ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਸਰਕਾਰਾਂ ਜ਼ਰੂਰ ਗੌਰ ਕਰ ਲੈਣ। ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਰਜਿੰਦਰਾ ਹਸਪਤਾਲ ਦੇ ਅੰਦਰ ਮੁਰਦਾ ਘਰ ਦੇ ਵਿੱਚ ਪਈ ਹੋਈ ਹੈ। ਉਸ ਨੂੰ ਪਈ ਨੂੰ 7 ਦਿਨ ਹੋ ਚੱਲੇ ਨੇ, ਅਜੇ ਤੱਕ ਨਾ ਪੋਸਟਮਾਰਟਮ ਹੋਇਆ ਨਾ ਸੰਸਕਾਰ ਹੋਇਆ। ਹਾਲਾਂਕਿ ਕਈ ਨਿੱਜੀ ਅਖਬਾਰ ਬਗੈਰ ਪੋਸਟਮਾਰਟਮ ਦੇ ਹੀ ਆਪਣਾ ਨਿਰਣਾ ਦਿੰਦੇ ਨਜ਼ਰ ਆ ਰਹੇ ਨੇ, ਪਰ ਦੂਜੇ ਪਾਸੇ ਕਿਸਾਨ ਜਿਹੜੇ ਇਹ ਅਪੀਲ ਕਰ ਰਹੇ ਨੇ ਕਿ ਇਹਨਾਂ ਦਾ ਸੰਸਕਾਰ, ਇਹਨਾਂ ਦਾ ਪੋਸਟਮਾਰਟਮ ਜਲਦ ਹੋ ਸਕੇ। ਇਸ ਵਾਸਤੇ ਜੋ ਲੋੜੀਂਦੀਆਂ ਮੰਗਾਂ ਨੇ ਕਿਸਾਨਾਂ ਦੀਆਂ, ਜਥੇਬੰਦੀ ਦੀਆਂ, ਮ੍ਰਿਤਕ ਸ਼ੁਭਕਰਨ ਸਿੰਘ ਦੇ ਪਰਿਵਾਰ ਦੀਆਂ, ਉਹ ਜ਼ਰੂਰ ਮੰਨੀਆਂ ਜਾਣ। ਉਹਨਾਂ ਨੇ ਸਾਫ਼ ਕਹਿ ਦਿੱਤਾ ਆ ਕਿ ਪਰਚਾ ਦਰਜ ਕਰਨਾ ਆ ਅਤੇ ਪਰਚਾ 302 ਦਾ ਬਾਏ ਨੇਮ ਦਰਜ ਕਰਨਾ ਆ ਅਤੇ ਇਹ ਦਰਜ ਕੀਤਾ ਜਾਵੇ। ਸ਼ੁਭਕਰਨ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਬਾਏ ਨੇਮ, ਜਿਸ ਨੇ ਸ਼ੁਭਕਰਨ ਦੇ ਉੱਤੇ ਗੋਲੀ ਚਲਾਈ, ਹੁਣ ਤਾਂ CCTV ਵੀ ਸਾਹਮਣੇ ਆ ਜਿਸ ਦੇ ਵਿੱਚ ਪੁਲਿਸ ਵਾਲੇ ਗੋਲੀਆਂ ਚਲਾਉਂਦੇ ਨਜ਼ਰ ਆਏ ਨੇ, ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ਼, ਹਰਿਆਣਾ ਪ੍ਰਸ਼ਾਸਨ ਦੇ ਖਿਲਾਫ਼ ਬਾਏ ਨੇਮ FIR ਦਰਜ ਕੀਤੀ ਜਾਵੇ ਔਰ ਇਸ FIR ਦੇ ਵਿੱਚ ਧਾਰਾ ਵੀ 302 ਲਾਈ ਜਾਵੇ ਤਾਂ ਕਿ ਇਨਸਾਫ ਮਿਲਣਾ ਯਕੀਨੀ ਹੋ ਸਕੇ। ਹਾਲਾਂਕਿ ਹਰਿਆਣਾ ਪ੍ਰਸ਼ਾਸਨ ਦਾ ਇਹ ਦਾਅਵਾ ਆ ਕਿ ਇਹ ਹਾਦਸਾ ਹਰਿਆਣੇ ਦੇ ਵਿੱਚ ਵਾਪਰਿਆ, ਜੀਂਦ ਦੇ ਗੜੀ ਇਲਾਕੇ ਦੇ ਵਿੱਚ ਵਾਪਰਿਆ, ਜਿਸ ਵਾਸਤੇ ਜੀਂਦ ਪੁਲਿਸ ਦਾ ਇਹ ਕਰਤੱਵ ਹੈ, ਉਹਨਾਂ ਦਾ ਕੰਮ ਹੈ ਅਤੇ ਉਹੀ ਕਰਨਗੇ। ਹਾਲਾਂਕਿ ਲੰਘੇ ਕੁਝ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਵੀ ਉਹੀ ਬੋਲੀ ਬੋਲਦੀ ਦੱਸੀ ਗਈ ਹੈ, ਪਰ ਫਿਲਹਾਲ ਕਿਸਾਨ ਜਿਹੜੇ ਨੇ ਉਹਨਾਂ ਨੇ ਅਲਟੀਮੇਟਮ ਜ਼ਰੂਰ ਦੇ ਦਿੱਤਾ। ਕਿਸਾਨਾਂ ਦਾ ਅਲਟੀਮੇਟਮ ਹੈ ਕਿ ਇਹ ਮੰਗਾਂ ਮੰਨ ਲਈਆਂ ਜਾਣ, ਨਹੀਂ ਤਾਂ ਫਿਰ ਮੋਰਚੇ ਦਾ ਕੀ ਕਰਨਾ ਆ, ਕਿਸ ਤਰ੍ਹਾਂ ਅੱਗੇ ਵਧਣਾ ਆ, ਇਹ ਕਿਸਾਨ ਆਪਣੇ ਆਪ ਨਿਰਣਾ ਕਰ ਲੈਣਗੇ। ਉਸ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਯਾਨੀ ਕਿ 28 ਤਰੀਕ ਤੋਂ ਕਿਸਾਨਾਂ ਦੀਆਂ ਮੀਟਿੰਗਸ ਸ਼ੁਰੂ ਹੋ ਗਈਆਂ ਨੇ ਔਰ ਇਹਨਾਂ ਮੀਟਿੰਗਸ ਦੇ ਵਿੱਚ ਇਹੀ ਫੈਸਲਾ ਹੋਣਾ ਹੈ ਕਿ ਅਗਲੀ ਰਣਨੀਤੀ ਕੀ ਹੋਵੇਗੀ। ਲਗਾਤਾਰ ਕਿਸਾਨ ਲੀਡਰਾਂ ਨੂੰ ਵੀ ਇਹੀ ਤੋਹਮਤ ਉਹਨਾਂ ਦੇ ਆਪਣੇ ਨਾਲ ਸਾਥੀਆਂ ਦੇ ਵੱਲੋਂ ਲੱਗਦੀ ਪਈ ਹੈ ਕਿ ਦਿੱਲੀ ਜਾਣ ਦਾ ਅੰਦੋਲਨ ਸ਼ੰਭੂ ਅਤੇ ਖਨੌਰੀ 'ਤੇ ਕਿਉਂ ਖਲੋਤਾ, ਕਿਉਂ ਅੱਗੇ ਨਹੀਂ ਵਧਿਆ ਜਾ ਰਿਹਾ। ਔਰ ਉਸੇ ਦੇ ਮੱਦੇਨਜ਼ਰ ਹੁਣ ਹੋ ਸਕਦਾ ਹੈ ਕਿ ਵੱਡਾ ਐਲਾਨ ਕਿਸਾਨਾਂ ਵੱਲੋਂ ਵੀ ਕਰ ਦਿੱਤਾ ਜਾਵੇ। ਹੋ ਸਕਦਾ ਹੈ ਕਿ ਖਨੌਰੀ ਅਤੇ ਸ਼ੰਭੂ ਬਾਰਡਰ ਤੋੜ ਕੇ ਕਿਸਾਨ ਅੱਗੇ ਵਧਣਾ ਸ਼ੁਰੂ ਕਰ ਦੇਣ। 29 ਤਰੀਕ ਕੀ ਲੈ ਕੇ ਆਵੇਗੀ, 1 ਮਾਰਚ ਕੀ ਲੈ ਕੇ ਆਵੇਗੀ, ਇਹ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ। ਪਰ ਫਿਲਹਾਲ ਕਿਸਾਨ ਗੁੱਸੇ 'ਚ ਨੇ, ਰੋਸ 'ਚ ਨੇ, ਸੂਬਾ ਅਤੇ ਕੇਂਦਰ ਸਰਕਾਰ ਨੂੰ ਇੱਕੋ ਫਾਹੇ ਟੰਗਦੇ ਨਜ਼ਰ ਆ ਰਹੇ ਨੇ। ਕਹਿੰਦੇ ਨੇ ਕਿ ਸ਼ੁਭਕਰਨ ਸਿੰਘ ਦੇ ਇਨਸਾਫ ਵਾਸਤੇ ਪਰਚਾ ਜ਼ਰੂਰ ਦਰਜ ਹੋਣਾ ਚਾਹੀਦਾ, ਆਉਂਦੇ 1-2 ਦਿਨਾਂ ਦੇ ਵਿੱਚ ਕਿਸਾਨਾਂ ਦੀ ਰਣਨੀਤੀ ਦਾ ਵੀ ਪਤਾ ਲੱਗ ਜਾਵੇਗਾ। ਖੈਰ, ਇਹਨਾਂ ਬਿਆਨਾਂ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਕਾਹਲੀਆਂ ਨੇ ਦਿੱਲੀ ਜਾਣ ਨੂੰ, ਉੱਥੇ ਹੀ ਹਰਿਆਣੇ ਦੇ ਵਿੱਚ, UP ਦੇ ਵਿੱਚ ਖਾਸ ਕਰਕੇ ਰਾਕੇਸ਼ ਟਿਕੈਤ ਨੇ ਲੰਘੇ ਦਿਨੀ ਇਹ ਜ਼ਰੂਰ ਕਹਿ ਦਿੱਤਾ ਕਿ ਦਿੱਲੀ ਜਾਣ ਦਾ ਉਹਨਾਂ ਦਾ ਕੋਈ ਮਨਸੂਬਾ ਅਜੇ ਤੱਕ ਨਹੀਂ ਹੈਗਾ। ਗੁਰਨਾਮ ਚੜੂਨੀ ਇਹ ਜ਼ਰੂਰ ਕਹਿ ਰਹੇ ਨੇ ਕਿ ਅਜੇ ਤੱਕ ਇਹ ਹਾਲਾਤ ਤਣਾਅਪੂਰਵਕ ਨੇ, ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ, ਸਰਕਾਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਪਰ ਦਿੱਲੀ ਜਾਣਾ ਹੈ ਕਿ ਨਹੀਂ ਜਾਣਾ ਅਜੇ ਉਹ ਵੀ ਕਲੀਅਰ ਨਹੀਂ ਨਜ਼ਰ ਆ ਰਹੇ। ਦੂਜੇ ਪਾਸੇ ਵੱਖ ਵੱਖ ਕਿਸਾਨ ਜਥੇਬੰਦੀਆਂ ਲਗਾਤਾਰ ਇਸੇ ਘੋਖ 'ਚ ਲੱਗੀਆਂ ਹੋਈਆਂ ਨੇ ਕਿ ਦਿੱਲੀ ਜਾਣਾ ਚਾਹੀਦਾ ਆ ਜਾਂ ਨਹੀਂ, ਪਰ ਅਜੇ ਤੱਕ ਕਿਸਾਨ ਜਿਹੜੇ ਪੰਜਾਬ ਦੇ ਨੇ ਉਹ ਆਪ ਕਹਿੰਦੇ ਨੇ ਕਿ ਉਹਨਾਂ ਨੂੰ 200 ਤੋਂ ਜ਼ਿਆਦਾ ਜਥੇਬੰਦੀਆਂ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਵਸਦੀਆਂ ਨੇ ਉਹਨਾਂ ਦੀ ਸਪੋਰਟ ਹੈ ਔਰ ਉਹ ਦਿੱਲੀ ਜਾ ਕੇ ਰਹਿਣਗੇ। ਕੀ ਕੁਝ ਹੋਵੇਗਾ ਉਹ 29 ਫਰਵਰੀ ਅਤੇ 1 ਮਾਰਚ ਡਿਸਾਈਡ ਕਰੇਗੀ। ਜੋ ਵੀ ਹੋਏਗਾ ਦੱਸਦੇ ਰਹਾਂਗੇ। ਹੋਰ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਸਾਰੇ ਭਾਰਤ ਦੇ ਕਿਸਾਨਾਂ ਨੂੰ ਲੜਨ ਵਾਲੇ ਲੋਕਾਂ ਨੂੰ ਪਤਾ ਹੈ ਕਿ ਜਿਹੜਾ ਆਪਣਾ 13 ਫਰਵਰੀ ਤੋਂ ਮੋਰਚਾ ਦੋਨੇ ਬਾਰਡਰਾਂ 'ਤੇ ਚੱਲ ਰਿਹਾ ਹੈ ਲਗਾਤਾਰ, ਉਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਦਾ ਸ਼ਹੀਦ ਹੋਇਆ ਸੀ। ਉਹਦੇ ਨਾਲ ਬਹੁਤ ਸਾਡੇ ਕਿਸਾਨ ਹੋਰ ਵੀ ਜ਼ਖਮੀ ਹੋਏ ਨੇ, ਹੋਰਾਂ ਦੇ ਵੀ ਜਿਹੜੇ ਬਾਹਾਂ ਅਤੇ ਲੱਤਾਂ 'ਤੇ ਗੋਲੀਆਂ ਵੱਜੀਆਂ ਨੇ। ਪਰ ਉਸ 'ਤੇ ਜਿਹੜੀ ਸਾਡੀ ਸਰਕਾਰ ਨਾਲ ਗੱਲਬਾਤ ਹੋਈ, ਸਰਕਾਰ ਨੇ ਸਹਿਮਤੀ ਦਿੱਤੀ ਕਿ ਅਸੀਂ ਇਹਨੂੰ ਸ਼ਹੀਦ ਦਾ ਦਰਜਾ ਦੇਵਾਂਗੇ। ਪਰਿਵਾਰ ਨੂੰ ਉਹਦੀ ਜਿਹੜੀ ਰਾਸ਼ੀ ਐਲਾਨੀ ਹੋਈ ਆ ਸਰਕਾਰ ਦੀ 1 ਕਰੋੜ ਰੁਪਈਆ, ਉਹ ਵੀ ਦੇਵਾਂਗੇ। ਅਤੇ ਉਹ ਜਿਹੜੀ ਭੈਣ ਸਾਡੀ ਉਹਦੀ ਸ਼ੁਭਕਰਨ ਦੀ, ਉਹ ਬੱਚੀ ਨੂੰ ਵੀ ਨੌਕਰੀ ਦੇਵਾਂਗੇ। ਤੀਜੀ ਗੱਲ ਸੀ FIR ਦਰਜ ਕਰਾਉਣ ਵਾਲੀ, ਪਰ ਉਹ ਅਜੇ ਤੱਕ ਸਰਕਾਰ ਪਿੱਛੇ ਹਟੀ ਹੋਈ ਹੈ, FIR ਦਰਜ ਨਹੀਂ ਕਰ ਰਹੀ। ਹਵਾਵਾਂ ਉੱਡ ਰਹੀਆਂ ਨੇ ਕਿ ਪਰਿਵਾਰ ਇੱਧਰ ਪਾਸੇ ਹੋ ਗਿਆ, ਇੱਧਰ ਹੋ ਗਿਆ। ਅੱਜ ਵੀ ਅਸੀਂ ਉਸ ਪਰਿਵਾਰ ਨਾਲ, ਰਿਸ਼ਤੇਦਾਰਾਂ ਨਾਲ, ਪੰਚਾਇਤ ਨਾਲ, ਸਾਰੇ ਨਗਰ ਨਾਲ ਮਿਲ ਕੇ ਬੈਠ ਕੇ ਆਏ ਹਾਂ। ਉਸ ਨਗਰ ਵੱਲੋਂ ਇਸ ਗੱਲ 'ਤੇ ਅੜੇ ਹੋਏ ਨੇ ਕਿ ਜੋ ਫੈਸਲਾ ਦੋਨੇ ਫੋਰਮ ਕਰਨਗੇ, ਅਸੀਂ ਉਹਨਾਂ ਚਿਰ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਸਾਡੇ ਬੱਚੇ ਦੇ ਦੋਸ਼ੀ 'ਤੇ FIR ਲੂਜ ਨਹੀਂ ਹੁੰਦੀ। ਤਾਂ ਇਹ ਸਾਰੀ ਜਿਹੜੀ ਅੱਜ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਮੈਂ ਖਾਸ ਕਰਕੇ ਲੜਨ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਉੱਥੇ ਮੋਰਚਾ ਰਾਮਪਰੇ ਫੂਲ ਦੇ ਵਿੱਚ ਲਗਾਤਾਰ ਸਾਡਾ ਜਾਮ 'ਤੇ ਚੱਲ ਰਿਹਾ, ਦੋਨੇ ਬਾਰਡਰਾਂ 'ਤੇ ਜਿਹੜੀ ਸਾਡੀ ਲਗਾਤਾਰ ਗਿਣਤੀ ਵੱਧ ਰਹੀ ਹੈ, ਤਾਂ ਅੱਜ ਦੋਨੇ ਫੋਰਮਾਂ ਦੀਆਂ ਮੀਟਿੰਗਾਂ ਵੀ ਹੋ ਰਹੀਆਂ। ਨੈਸ਼ਨਲ ਦੇ ਸਾਰੇ ਜਿਹੜੇ ਕਿਸਾਨ ਆ ਸਾਡੇ ਆ ਰਹੇ ਹੈ, ਅਤੇ ਕੱਲ੍ਹ ਨੂੰ ਜਾਣੇ 28 ਤਰੀਕ ਨੂੰ ਦੋਨੇ ਫੋਰਮਾਂ ਦੀ ਸਾਂਝੀ ਮੀਟਿੰਗ ਹੋਊ, ਅਤੇ 29 ਤਰੀਕ ਨੂੰ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਕਰਨਾ ਹੈ। ਪਰ ਸਰਕਾਰ, ਪੰਜਾਬ ਸਰਕਾਰ ਐਵੇਂ ਡਿੱਕੇ ਡਾ ਕੇ ਇਸ ਮਸਲੇ ਨੂੰ ਸੁਲਝਾਉਣ ਦੀ ਬਜਾਏ ਉਲਝਾ ਰਹੀ ਹੈ। ਤਾਂ ਇਸ ਕਰਕੇ ਜਿਹੜਾ ਉਹਦੇ FIR ਦਰਜ ਕਰਕੇ ਪੋਸਟਮਾਰਟਮ ਕਰਵਾ ਕੇ ਉਹਦਾ ਸੰਸਕਾਰ ਕਰੀਏ, ਜਿਹੜੀ ਸਾਡੀ ਅਗਲੀ ਲੜਾਈ ਕੇਂਦਰ ਨਾਲ ਹੈ ਉੱਧਰ ਨੂੰ ਜਿਹੜਾ ਅਸੀਂ ਅੱਗੇ ਵੱਧ ਸਕੀਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।